ਨਸ਼ੀਲੀਆਂ ਦਵਾਈਆਂ ਸਮੇਤ ਇੱਕ ਵਿਅਕਤੀ ਗ੍ਰਿਫਤਾਰ। ਡੇਰਾਬੱਸੀ ਦੀ ਪੁਲਿਸ ਨੇ ਸਰਕਾਰੀ ਕਾਲਜ ਨੇੜੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਹਿਚਾਣ ਦਿਲਸ਼ਾਦ ਵਾਸੀ ਯੂਪੀ ਵਜੋਂ ਹੋਈ ਹੈ। ਇਸ ਸੰਬੰਧੀ ਏਐਸਪੀ ਡੇਰਾਬੱਸੀ ਹਰਮਨ ਹੰਸ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਡੇਰਾਬੱਸੀ ਤੋਂ ਅਜੀਤ ਬੈਪਟੀਵੀ ਲਈ ਸ਼ਾਮ ਸਿੰਘ ਸੰਧੂ ਦੀ ਰਿਪੋਰਟ। ਅੱਜ ਜਿਹੜਾ ਨਾਕਾ ਪੁਆਇੰਟ ਸੀਗਾ ਸਾਡਾ ਕਾਲਜ ਰੋਡ 'ਤੇ ਡੇਰਾਬੱਸੀ, ਉੱਥੇ ASI ਨਰਿੰਦਰ ਕੁਮਾਰ ਵੱਲੋਂ ਨਾਕਾ ਲਾਇਆ ਗਿਆ ਸੀ ਗੁਪਤ ਸੂਚਨਾ ਦੇ ਆਧਾਰ 'ਤੇ ਕਿ ਇੱਥੇ ਕੋਈ ਬੰਦਾ ਜਿਹੜਾ ਹੈ ਉਹ ਨਸ਼ਿਆਂ ਦੀ ਕੈਪਸੂਲਾਂ ਅਤੇ ਗੋਲੀਆਂ ਦੀ ਇੱਕ ਖੇਪ ਫੜਾਉਣ ਆ ਰਿਹਾ। ਉਸ ਤੋਂ ਬਾਅਦ ਇਹਦੇ ਆਧਾਰ 'ਤੇ ਇੱਕ ਵਿਅਕਤੀ ਜਿਹੜਾ ਦਿਲਸ਼ਾਦ, ਇਹ ਮੁਜ਼ੱਫਰਨਗਰ ਯੂਪੀ ਦਾ ਰਹਿਣ ਵਾਲਾ ਅਤੇ ਇੱਥੇ ਪਿੰਡ ਜਨੇਤਪੁਰ ਵਿਖੇ ਰਹਿੰਦਾ, ਇਹ ਕੈਪਸੂਲਾਂ ਨਾਲ ਔਰ ਗੋਲੀਆਂ ਨਾਲ ਜਿਹੜਾ ਹੈ ਜੀ ਫੜਿਆ, ਜਿਸ ਤੋਂ ਕਿ 2568 ਕੈਪਸੂਲ ਅਤੇ 1650 ਨਸ਼ੀਲੀ ਗੋਲੀਆਂ ਫੜੀਆਂ ਗਈਆਂ, ਕੁੱਲ 4218 ਇਸ ਤੋਂ ਰਿਕਵਰੀ ਹੋਈ ਹੈ। ਇਹ ਇੱਥੇ ਇਹ ਸਾਰੇ ਇਹ ਜਿਹੜਾ ਹੈ ਸਹਾਰਨਪੁਰ ਤੋਂ ਲੈ ਕੇ ਆਉਂਦਾ ਸੀਗਾ ਅਤੇ ਇੱਥੇ ਆ ਕੇ ਕਿਸੇ ਬੰਦੇ ਨੂੰ ਦਿੰਦਾ ਸੀਗਾ, ਉਹਨੂੰ ਅਸੀਂ ਹੁਣ ਇਹਦਾ ਪੁਲਿਸ ਮਾਨ ਲੈ ਕੇ ਅੱਗੇ ਵੇਰੀਫਾਈ ਕਰਾਂਗੇ ਕਿ ਇੱਥੇ ਕਿੱਥੇ ਸਪਲਾਈ ਕਰਦਾ। ਜਿਹੜੀਆਂ ਪਹਿਲਾਂ ਗੋਲੀਆਂ ਫੜੀਆਂ ਗਈਆਂ ਸੀ ਨਾ, ਉਹ ਵੀ ਇਹਦੀਆਂ ਅਪਰੋਕਸੀਮਨ ਦੀਆਂ ਗੋਲੀਆਂ ਸੀਗੀਆਂ, ਜਦੋਂ 11000 ਕੈਪਸੂਲ ਫੜੇ ਸੀਗੇ ਉਹ ਵੀ ਅਪਰੋਕਸੀਮਨ ਦੇ ਫੜੇ ਸੀ। ਉਹ ਵੀ ਬੰਦਾ ਸਹਾਰਨਪੁਰ ਤੋਂ ਹੀ ਲੈ ਕੇ ਆਉਂਦਾ ਸੀਗਾ ਅਤੇ ਉਹ ਵੀ ਉਹਦੇ ਬੇਸ 'ਤੇ ਅਸੀਂ ਬਾਅਦ 'ਚ ਇੱਕ ਬੰਦਾ ਹੋਰ ਅਰੈਸਟ ਵੀ ਕੀਤਾ ਸੀਗਾ। ਹੁਣ ਵੀ ਇਹ ਤੋਂ ਪੁੱਛਤਾਛ ਜਿਹੜਾ ਬੰਦਾ ਪਿੱਛੇ ਤੱਕ ਅਸੀਂ ਫਾਰਵਰਡ ਬੈਕਵਰਡ ਦੋਨੋਂ ਲਿੰਕ 'ਤੇ ਜਾਵਾਂਗੇ ਕਿ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ, ਇੱਥੇ ਕਿਹਨੂੰ ਸਪਲਾਈ ਕਰਦਾ ਸੀ। ਜਿਹੜਾ ਦੂਜਾ ਲਾਲੜੂ ਵਾਲਾ ਕੇਸ ਸੀ, ਉਹਦੇ 'ਚ 14000 ਗੋਲੀਆਂ ਫੜੀਆਂ ਗਈਆਂ ਸੀ, ਉਹਦੇ 'ਚ ਉਹ ਬੰਦੇ ਅੰਬਾਲੇ ਤੋਂ ਲੈ ਕੇ ਆਉਂਦੇ ਸੀ ਅਤੇ ਆਪ ਉਹ ਬੰਦਾ ਕੈਮਿਸਟ ਦਾ ਕੰਮ ਕਰਦਾ ਸੀ, ਇੱਥੇ ਦੱਪਰ 'ਚ ਉਹਦੀ ਕੈਮਿਸਟ ਦੀ ਦੁਕਾਨ ਸੀ ਅਤੇ ਆਪਣੀ ਸ਼ੋਪ 'ਤੇ ਵੇਚਦਾ ਸੀਗਾ ਉਹ। ਨਹੀਂ, ਅਸੀਂ ਹੁਣ ਇਹਨੂੰ ਹੋਰ ਇੰਟੈਰੋਗੇਟ ਕਰਾਂਗੇ ਜਦੋਂ ਪੂਰੀ ਤਰ੍ਹਾਂ ਪੁੱਛਿਆ ਜਾਊਗਾ ਵੀ ਇਹ ਕਿਹਨੂੰ ਐਗਜੈਕਟਲੀ ਦੇਣ ਆਇਆ ਸੀ, ਕਿਸੇ ਕੈਮਿਸਟ ਨੂੰ ਦੇਣ ਆਇਆ ਸੀ ਜਾਂ ਕਿਸੇ ਹੋਰ ਬੰਦੇ ਨੂੰ, ਇਹਦਾ ਕੰਟੈਕਟ ਸੀ ਜਿਹਨੂੰ ਇਹ ਦੇਣ ਆਇਆ ਸੀ, ਫਿਰ ਉਸਦੇ ਬੇਸ 'ਤੇ ਅੱਗੇ ਕਾਰਵਾਈ ਕੀਤੀ ਜਾਵੇ। ਰਿਮਾਂਡ ਕੱਲ੍ਹ ਨੂੰ ਪੇਸ਼ ਕਰਕੇ ਰਿਮਾਂਡ ਲਵਾਂਗੇ ਜਦੋਂ।